ਸੌਣ ਮਹੀਨਾ ਪੰਜਾਬ ਦੀਆਂ ਮੁਟਿਆਰਾਂ ਲਈ ਹਾਸੇ ਠਾਠੇ ਤੇ ਸਹੇਲੀਆਂ ਦੇ ਮੇਲ ਮਿਲਾਪ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਮੁਟਿਆਰਾਂ ਝੁੰਡਾਂ ਵਿੱਚ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਅਤੇ ਆਪਣੇ ਮਨ ਦੇ ਬਲਬਲਿਆਂ ਨੂੰ ਸਹੇਲੀਆਂ ਨਾਲ ਸਾਂਝਾ ਕਰਦੀਆਂ ਨੇ। ਭਾਵੇਂ ਸਮੇਂ ਦੇ ਬਦਲਣ ਨਾਲ ਤੀਆਂ ਇੱਕ ਮਹੀਨੇ ਤੋਂ ਘੱਟ ਕੇ ਮਹਿਜ ਕੁਝ ਘੰਟਿਆਂ ਦੇ ਮਨੋਰੰਜਨ ਤੱਕ ਹੀ ਸੀਮਿਤ ਰਹਿ ਗਈਆਂ ਨੇ, ਪਰ ਮੁਟਿਆਰਾਂ ਆਪਣੇ ਇਸ ਅਹਿਮ ਤਿਉਹਾਰ ਨੂੰ ਮਨਾਉਣ ਤੋਂ ਕਦੇ ਵੀ ਵਾਂਝਾ ਨਹੀਂ ਰਹਿੰਦੀਆਂ। ਸੌਣ ਮਹੀਨੇ ਦੇ ਮੌਕੇ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਨੀਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਵੱਲੋਂ ਗਿੱਧਾ ਬੋਲੀਆਂ ਪਾ ਕੇ ਪੀਂਗਾ ਝੂਟ ਕੇ ਖੂਬ ਮਨੋਰੰਜਨ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਨੇ ਕਿਹਾ ਕਿ ਅੱਜ ਅਸੀਂ ਪਿੰਡ ਸਾਨੀਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਹੈ। ਉਹਨਾਂ ਕਿਹਾ ਕਿ ਅਸੀਂ ਇਹ ਤਿਉਹਾਰ ਹਰ ਸਾਲ ਮਨਾਉਂਦੇ ਹਾਂ। ਉਹਨਾਂ ਕਿਹਾ ਕਿ ਅਸੀਂ ਅੱਜ ਇੱਥੇ ਗਿੱਧਾ ਬੋਲੀਆਂ ਪਾ ਕੇ ਪੀਂਗਾ ਝੂਟ ਕੇ ਤੀਆਂ ਦਾ ਤਿਉਹਾਰ ਮਨਾਇਆ ਹੈ। ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮਜਮੋਨੀਆਂ, ਕੋਰੇ ਕੋਰੇ ਕੁੱਜੇ ਵਿੱਚ ਦਹੀਂ ਮਜਮੋਨੀਆਂ, ਆਈਏ ਉੱਠ ਕੇ ਰਿੜਕਾਂਗੇ ਛੜੇ ਆਉਣਗੇ ਲੱਸੀ ਨੂੰ, ਰਿੜਕਾਂਗੇ ਛੜੇ ਆਉਣਗੇ ਲੱਸੀ ਨੂੰ, ਛਿੜਕਾਂਗੇ ਛੜੇ ਆਉਣਗੇ ਲੱਸੀ ਨੂੰ, ਛਿੜਕਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਤਿੰਦਰ ਕੌਰ, ਮੈਂ ਪਿੰਡ ਸਾਨੀਪੁਰ ਤੋਂ ਬਿਲੋਂਗ ਕਰਦੇ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ, ਅਤੇ ਅੱਜ ਸਾਡੇ ਪਿੰਡ ਦੇ ਵਿੱਚ ਤੀਆਂ ਸੈਲੀਬ੍ਰੇਟ ਕੀਤੀਆਂ ਜਾ ਰਹੀਆਂ। ਆਲਮੋਸਟ ਇਹ ਗਰਲਸ ਦੇ ਨਾਲ ਰਿਲੇਟਡ ਨੇ, ਅਤੇ ਜਿਵੇਂ ਕਿ ਕੁੜੀਆਂ ਕੁਆਰੀਆਂ ਮਤਲਬ ਆਪਣੇ ਪਿੰਡ ਦੇ ਵਿੱਚ ਸੈਲੀਬ੍ਰੇਟ ਕਰਦੀਆਂ, ਜਾਂ ਕਿ ਫਿਰ ਜਿਹੜੇ ਸਹੁਰਿਆਂ ਦੇ ਉਹ ਹੈ ਨਾ ਕੁੜੀਆਂ ਆਈਆਂ ਹੁੰਦੀਆਂ ਉਹ ਸੈਲੀਬ੍ਰੇਟ ਕਰਦੀਆਂ ਨੇ। ਅਸੀਂ ਬਹੁਤ ਇੰਜੋਇਮੈਂਟ ਕੀਤਾ। ਐਕਚੁਅਲੀ ਸਾਡੇ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਹੈ, ਜਿਹੜਾ ਕਿ ਅਸੀਂ ਬਹੁਤ ਹੀ ਇੰਟਰਟੇਨਮੈਂਟ ਲਈ ਅਸੀਂ ਇਹ ਕੁੜੀਆਂ ਸੈਲੀਬ੍ਰੇਟ ਕਰਦੀਆਂ, ਅਤੇ ਕਈ ਗਰਲਸ ਇੱਥੇ ਆਪਣੇ ਸਹੁਰੇ ਘਰ ਤੋਂ ਵੀ ਆਈਆਂ ਨੇ, ਅਤੇ ਕਈ ਮੇਰੇ ਵਾਂਗ ਜਿਵੇਂ ਅਸੀਂ ਪੇਕੇ ਘਰ ਇੱਥੇ ਹੀ ਸੈਲੀਬ੍ਰੇਟ ਕਰਦੇ ਹਾਂ, ਅਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ। ਅੱਜ ਅਸੀਂ ਤੀਆਂ ਮਨਾਈਆਂ ਜੀ, ਤੀਆਂ ਮਨਾਈਆਂ, ਗਿੱਧੇ ਪਾਏ, ਰੌਣਕਾਂ ਲਾਈਆਂ, ਖੂਬ ਪੀਂਗਾਂ ਝੂਟੀਆਂ, ਸਾਰੀਆਂ ਕੁੜੀਆਂ ਨੇ ਰਲ ਕੇ ਬਹੁਤ ਇੰਜੋਏ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਦੀਪ ਕੌਰ, ਮੈਂ ਪਿੰਡ ਸਾਨੀਪੁਰ ਦੀ ਰਹਿਣ ਵਾਲੀ ਹਾਂ। ਅਸੀਂ ਇੱਥੇ ਸਾਰੀਆਂ ਕੁੜੀਆਂ ਨੇ, ਨਾਲ ਮੇਰੀਆਂ ਭਾਬੀਆਂ ਨੇ, ਅਤੇ ਕੁਝ ਕੁੜੀਆਂ ਇਹੋ ਜਿਹੀਆਂ ਨੇ ਜਿਹੜੀਆਂ ਵਿਆਹ ਕੇ ਆਈਆਂ ਹੋਈਆਂ ਨੇ ਇੱਥੇ, ਠੀਕ ਹੈ ਨਾ। ਅਤੇ ਸਾਰਿਆਂ ਨੇ ਰਲ ਕੇ ਤੀਆਂ ਦਾ ਤਿਉਹਾਰ ਮਨਾਇਆ, ਅਤੇ ਇਹਨੂੰ ਅਸੀਂ ਹਰ ਸਾਲ ਹੀ ਬਹੁਤ ਵਧੀਆ ਸੈਲੀਬ੍ਰੇਟ ਕਰਦੇ ਹਾਂ, ਅਤੇ ਸਾਰਿਆਂ ਖੂਬ ਇੰਜੋਏ ਕਰਦੇ ਨੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।